ਹਾਂਜੀ ਫ੍ਰੈਂਡਸ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਿਕਲੀਆਂ ਹੋਈਆਂ ਪੋਸਟਸ ਬਾਰੇ ਤੇ ਇਸ ਤੋਂ ਪਹਿਲਾਂ ਦੀਆਂ ਪੋਸਟਸ ਤੁਸੀਂ ਦੇਖ ਲਈਆਂ ਹੋਣਗੀਆਂ ਹੋਰ ਪੋਸਟਸ ਦੀ ਜਾਣਕਾਰੀ ਵੀ ਤੁਹਾਡੇ ਕੋਲ ਲਗਾਤਾਰ ਪਹੁੰਚਦੀ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਓ ਜੀ ਠੀਕ ਹੈ ਜੀ ਘੰਟੀ ਦਾ ਬਟਨ ਪ੍ਰੈਸ ਕਰਨ ਨਾਲ ਬਾਕੀ ਜਿਹੜੀਆਂ ਪੋਸਟਸ ਆਉਣੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਕੋਲ ਪਹੁੰਚ ਜਾਵੇਗੀ ਟੈਲੀਗ੍ਰਾਮ ਚੈਨਲ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਨੀਚੇ ਉਥੋਂ ਪਲੀਜ਼ ਪੀਡੀਐਫ ਫਾਈਲ ਦੇ ਲਈ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਅਗਰ ਕੁਝ ਵੀ ਚਾਹੀਦਾ ਹੁੰਦਾ ਤਾਂ ਕਮੈਂਟਸ ਜ਼ਰੂਰ ਕਰ ਦਿਆ ਕਰੋ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਰਿਸਰਚ ਸਾਇੰਟਿਸਟ ਦੀ ਪੋਸਟ ਹੈ ਜੀ ਅੱਗੇ ਵੀ ਪੋਸਟਸ ਆਉਣੀਆਂ ਨੇ ਉਹਦੀ ਵੀ ਆਪਾਂ ਗੱਲ ਕਰਾਂਗੇ ਕੁਆਲਿਫੀਕੇਸ਼ਨ ਜਿਹੜੀ ਪੀਐਚਡੀ ਇਨ ਸਾਇੰਸ ਜਾਂ ਇੰਜੀਨੀਅਰਿੰਗ ਦੀ ਹੋਣੀ ਚਾਹੀਦੀ ਹੈ ਜਾਂ ਕੈਂਡੀਡੇਟ ਨੇ ਐਮਐਸਸੀ ਐਮਟੈਕ ਵਿਦ 10 ਸਾਲ ਦੇ ਐਕਸਪੀਰੀਅੰਸ ਨਾਲ ਕੀਤੀ ਹੋਣੀ ਚਾਹੀਦੀ ਹੈ ਹੁਣ ਜੋਬ ਰਿਕੁਆਇਰਮੈਂਟ ਦੀ ਆਪਾਂ ਗੱਲ ਕਰ ਲ ਕੋਈ ਨੌਲੇਜ ਹੁੰਦੀ ਹੈ ਨੌਲੇਜ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਆਫ ਹੈਂਡਲਿੰਗ ਇਲੈਕਸ਼ਨ ਮਾਈਕਰੋਸਕੋਪੀ ਦੀ ਜਾਂ ਜੀਐਸਸੀ ਐਂਡ ਐਮਐਸ ਦੀ ਇਨ ਆਪਰੇਸ਼ਨ ਇੰਟਰਪ੍ਰੀਟੇਸ਼ਨ ਆਫ ਡਾਟਾ ਆਫ ਅਬਵ ਸੈਡ ਇਨਸਟਰੂਮੈਂਟਸ ਠੀਕ ਹੈ ਡਿਜ਼ਾਇਰੇਬਲ ਮੰਗੇ ਇਹਨਾਂ ਨੇ ਏਜ ਜਿਹੜੀ ਹੈ ਜੀ ਘੱਟੋ ਘੱਟ 40 ਸਾਲ ਤੋਂ ਨੀਚੇ ਹੋਣੀ ਚਾਹੀਦੀ ਹੈ ਸੈਲਰੀ ਜਿਹੜੀ ਮਿਲੇਗੀ 50000 ਰੁਪਿਆ ਸੈਲਰੀ ਮਿਲੇਗੀ ਪੋਸਟਾਂ ਦੀ ਗਿਣਤੀ 3 ਹੈ ਜੀ ਹੁਣ ਅੱਗੇ ਗੱਲ ਕਰਦੇ ਆਂ ਆਪਾਂ ਟੈਕਨੀਕਲ ਅਸਿਸਟੈਂਟ ਦੀ ਇਹ ਪੋਸਟ ਕਾਫੀ ਕੈਂਡੀਡੇਟ ਦੇ ਅਪਲਾਈ ਕਰਨ ਜੋਗੇ ਐਮਟੈਕ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ ਜਾਂ ਐਮਐਸਸੀ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ 55% ਮਾਰਕਸ ਦੇ ਨਾਲ ਜਿਹੜੇ ਬਾਕੀ ਅਦਰ ਕੈਟੇਗਰੀਜ਼ ਦੇ ਐਸਈ ਐਸਟੀ ਜਾਂ ਪੀਡਬਲੂ ਕੈਂਡੀਡੇਟ ਆ ਉਹਨਾਂ ਦੇ ਲਈ 50% ਹੈ ਦਾ ਕੈਂਡੀਡੇਟ ਸ਼ੁੱਡ ਹੇਵ ਨੋਲੇਜ ਐਕਸਪੀਰੀਅੰਸ ਹੈਂਡਲਿੰਗ ਪਰਟੀਕਲ ਸਾਈਜ਼ ਐਂਡ ਜੈਟਾ ਪੋਟੈਂਸ਼ੀਅਲ ਮੈਜ਼ਰਿੰਗ ਸਿਸਟਮ ਬੈਟ ਐਨਲਾਈਜ਼ਰ ਫਲੋਰੋਇਸੈਂਸ ਸਪੈਕਟ੍ਰੋਮੀਟਰ polarimeter uv bi spectrometer drs circular dichroism spectrometer spectroscope bi ellipsometer the candidates should have the capability to operate the maintain and instrumenter at the cilfs aif theek hai ji eh sare jehde instruments ne oh kandideet nu chalawne hone chahide hai age hai ji jehdi 35 sal to katt honi chahidi hai salary jehdi milegi dc rate de according milegi 23393 rupaye ek post hai ji ਟੈਕਨੀਸ਼ੀਅਨ ਦੀ ਗੱਲ ਕਰ ਲੈਨੇ ਆ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਨੇ ਨਾਲ ਹੀ ਡਿਪਲੋਮਾ ਕੀਤਾ ਹੋਣਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦਾ ਠੀਕ ਹੈ ਜਾਂ ਕੰਪਿਊਟਰ ਦਾ ਕੀਤਾ ਹੋਣਾ ਚਾਹੀਦਾ ਜਾਂ ਇਲੈਕਟ੍ਰੀਕਲ ਜਾਂ ਮਕੈਨੀਕਲ ਇੰਜੀਨੀਅਰਿੰਗ ਐਟਸੈਟਰਾ ਦਾ ਕੈਂਡੀਡੇਟ ਕੋਲੇ ਨੌਲੇਜ ਹੋਣੀ ਚਾਹੀਦੀ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਵਰਕ ਟੂ ਮਕੈਨੀਕਲ ਇਲੈਕਟ੍ਰਿਕ ਐਂਡ ਇਲੈਕਟ੍ਰੋਨਿਕਸ ਵਰਕਸ਼ਾਪ ਦਾ ਠੀਕ ਹੈ ਜੀ ਦਾ ਕੈਂਡੀਡੇਟ ਸ਼ੁੱਡ ਹੈਵ ਆਲਸੋ ਦਾ ਕੈਪੇਬਿਲਟੀ ਟੂ ਮੇਨਟੇਨ ਦਾ ਇਨਸਟਰੂਮੈਂਟਸ ਜਿਹੜੇ ਇਨਸਟਰੂਮੈਂਟ ਨੇ ਡਿਪਾਰਟਮੈਂਟ ਦੇ ਐਸ.ਏ.ਫ ਦੇ ਉਹਨਾਂ ਨੂੰ ਚਲਾਉਣ ਦੀ ਜਿਹੜੀ ਕੈਪੇਬਿਲਿਟੀ ਹੈ ਜਿਹੜੀ ਉਹਦੇ ਕੋਲੇ ਹੋਣੀ ਚਾਹੀਦੀ ਹੈ ਇਸ ਦੀ ਵੀ ਏਜ ਹੈ ਜਿਹੜੀ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਸੈਲਰੀ ਇਸ ਦੀ ਵੀ ਸੇਮ ਹੀ ਰਹੇਗੀ 23393 ਪੋਸਟਾਂ ਦੀ ਗਿਣਤੀ ਹੈ ਜਿਹੜੀ 2 ਹੈ ਜੀ ਠੀਕ ਹੈ ਜੀ ਅਗਰ ਕਿਸੇ ਕੈਂਡੀਡੇਟ ਦੀ ਐਲੀਜੀਬਿਲਟੀ ਬੰਦੀ ਹੈ ਤਾਂ ਪਲੀਜ਼ ਤੁਸੀਂ ਅਪਲਾਈ ਕਰਨਾ ਹੈ 14/3/2022 ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ 14/3/2022 ਤੱਕ ਠੀਕ ਹੈ ਇਸ ਰੈਲੈਕਸੇਸ਼ਨ ਜਿਹੜੀ ਬਾਕੀ ਕੈਂਡੀਡੇਟ ਲਈ ਉਹ ਕਿੰਨੀ ਹੋਏਗੀ ਐਸ ਸੀ ਐਸ ਡੀ ਪੀ ਡਬਲ ਯੂ ਲਈ 5 ਸਾਲ ਤੱਕ ਦੀ ਰਹੇਗੀ ਠੀਕ ਹੈ ਜੀ ਇਹ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਦੇ ਦਿੱਤੀ ਹੈ ਅਗਰ ਕੁਝ ਵੀ ਨਹੀਂ ਪਤਾ ਚੱਲਿਆ ਤਾਂ ਕਮੈਂਟਸ ਜ਼ਰੂਰ ਕਰ ਦਿਓ ਠੀਕ ਹੈ ਅਪਲਾਈ ਜ਼ਰੂਰ ਕਰ ਦਿਓ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਹੋਰ ਪੋਸਟਸ ਜਲਦ ਆਉਂਦੀਆਂ ਨੇ ਆਪਾਂ ਮਿਲਦੇ ਹਾਂ ਉਹਨਾਂ ਦੇ ਨਾਲ ਵੀ ਤੇ ਚੈਨਲ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹਿਆ ਕਰੋ ਤੇ ਜਿਹੜੀ ਪੋਸਟ ਲੱਗਦਾ ਤੁਹਾਨੂੰ ਕਿਸੇ ਹੋਰ ਦੇ फायदे दी है तो प्लीज उन्हों तक जरूर पहुंचाओ मिलते हैं नैक्सट पोस्ट पी डी एफली टेलीग्राम चैनल जरूर ज्वाइन करके रखियो दूसरा अपना जो टैग गुरु चैनल है ठीक है जी टैग गुरु चैनल सारे है पता है टैक्नीकल वीडियो लिए वाला चैनल तुम्हें जरूर सबसक्राइब करवाना बाकियों तो भी सबसक्राइब करवाना शेयर करके ठीक है मिलते हैं जल्दी ही होर पोस्टा तत्त बाय बाय